ਕਾਸ਼ ਅਸੀਂ ਵੀ ਇਹੋ ਜਿਹੀ ਵੱਡੀ ਗੱਡੀ 'ਚ ਸਫ਼ਰ ਕਰ ਸਕਦੇ। ਓਏ ਮੈਂ ਵੀ ਤਾਂ ਹੀ ਸੋਚਦਾ, ਪਰ ਹਰ ਸਾਲ ਬਿਮਾਰੀ ਤੋਂ ਫਸਲ ਬਰਬਾਦ ਹੋ ਜਾਂਦੀ ਹੈ ਤੇ ਸਹੀ ਕੀਮਤ ਵੀ ਨਹੀਂ ਮਿਲਦੀ। ਤਾਂ ਕੀ ਇਹਨਾਂ ਦੀ ਫਸਲ ਨੂੰ ਬਿਮਾਰੀ ਨਹੀਂ ਲੱਗਦੀ? ਆ ਇੱਕ ਕੰਮ ਕਰਦੇ ਆ, ਚਲੋ ਜਾ ਕੇ ਇਹਨਾਂ ਨੂੰ ਪੁੱਛਦੇ ਆ, ਚਲੋ ਨਾ। ਪਾਜੀ ਬਾਈ ਕੀ ਹਾਲ ਹੈ? ਮੈਂ ਠੀਕ ਹਾਂ। ਇਹ ਦੱਸੋ, ਤੁਹਾਡੇ ਜਿੰਨੀ ਜ਼ਮੀਨ ਤਾਂ ਮੇਰੇ ਕੋਲ ਵੀ ਹੈ, ਪਰ ਤੁਹਾਡੀ ਉਪਜ ਇੰਨੀ ਜ਼ਿਆਦਾ ਅਤੇ ਸ਼ਾਨਦਾਰ ਕਿਵੇਂ? ਕਿਉਂਕਿ ਮੈਂ ਇਸਤੇਮਾਲ ਕਰਦਾ ਹਾਂ ਇੰਡੋਫਿਲ ਦਾ ਅਵਤਾਰ। ਕਿਸ ਬਿਮਾਰੀ ਦੇ ਲਈ? ਫਸਲਾਂ ਦੀ ਕਈ ਬਿਮਾਰੀਆਂ ਦੀ ਰੋਕਥਾਮ ਕਰਦਾ ਹੈ ਅਵਤਾਰ। ਜਦ ਗਦ ਧਰਤੀ ਤੇ ਹਨੇਰਾ ਛਾਇਆ, ਤਦ ਤਦ ਇੱਕ ਅਵਤਾਰ ਆਇਆ। ਅਣਹੋਣੀ ਨੂੰ ਕਰ ਦੇਵੇ ਹੋਣੀ, ਉਪਜ ਸਵਸਥ ਤੇ ਸੋਹਣੀ ਬਣੀ। ਵਾਹ ਕਿੰਨੀ ਸ਼ਾਨਦਾਰ ਮੱਕੀ ਹੈ ਨਾ? ਇਹ ਸਭ ਇੰਡੋਫਿਲ ਦੇ ਅਵਤਾਰ ਦਾ ਨਤੀਜਾ ਹੈ। ਸਹੀ ਸਮੇਂ ਤੇ ਅਵਤਾਰ ਦਾ ਇਸਤੇਮਾਲ ਮੱਕੀ ਵਿੱਚ ਕਰਨ ਨਾਲ ਫਸਲ ਰੋਗ ਮੁਕਤ ਅਤੇ ਸਿਹਤਮੰਦ ਰਹਿੰਦੀ ਹੈ, ਜਿਸ ਕਰਕੇ ਚਮਕਦਾਰ ਦਾਣੇ ਅਤੇ ਜ਼ਿਆਦਾ ਪੈਦਾਵਾਰ ਮਿਲਦੀ ਹੈ। ਇੰਡੋਫਿਲ ਅਵਤਾਰ ਦੀ ਹੈ ਇਹ ਗੱਲ ਸਭ ਤੋਂ ਨਿਰਾਲੀ, ਹੁਣ ਆਈ ਖੁਸ਼ਹਾਲੀ ਖੁਸ਼ਹਾਲੀ, ਅਵਤਾਰ ਨਾਲ ਆਈ ਖੁਸ਼ਹਾਲੀ ਖੁਸ਼ਹਾਲੀ। ਖੁਸ਼ਹਾਲੀ ਦਾ ਪੱਕਾ ਵਾਅਦਾ, ਇੰਡੋਫਿਲ ਦਾ ਅਵਤਾਰ।